ਸੁਤਿਆਲੀ ਆਪਣੀ ਮਦਦ ਆਪ ਮਿੱਟੀ ਪੋਤ ਹੈ ਕੰਮ ਤੋਂ ਪੋਤ ਹੈ ਅਸਾਂ ਮਿੱਟੀ ਨਹੀਂ ਬਾਈ ਅਸਾਂ ਕੰਕਰੀਟ ਕੀਤੀ ਇਸ ਵਜ੍ਹਾ ਤੂੰ ਕੱਲ ਰੋਡ ਬੰਦ ਕੀਤੀ ਸੀ ਨੇ ਉਹ ਜਨਾਬ ਸਾਡੀ ਰੋਡ ਜਿਹੜੀ ਆ ਨਾ ਪੱਕੀ ਹੋਈ ਦੀ ਠੀਕ ਹੈ ਉਸ ਏਰੀਏ 'ਚੋਂ ਲੰਘੀ ਨਾ ਸਕਦੇ ਦਾ ਇਹ ਦੂਆ ਰਸਤਾ ਅਸਾਂ ਤਿਆਰ ਕੀਤਾ ਬੁਕੜੇ ਵਾਲਾ ਜਨਾਬ ਇਹ ਜਨਾਬ ਮੇਨ ਰੋਡ 'ਚ ਆਇਠੀ ਹਾਂ ਤੱਕੋ ਇਹ ਜਿਹੜੀ ਤਦਾ ਪਾਣੀ ਹੈ ਇਹ ਸਾਈਡ ਤਦਾ ਪਾਣੀ ਹੋ ਰਿਹਾ ਸਾਈਡ ਜੀ حزب اللہ الرحمن الرحیم بسم اللہ الرحمن الرحیم امید کرنا ہوں سات سو سات اللہ تعالیٰ نے فضل و کرم اور شکر نال بالکل ٹھیک ٹھاک ہو سو یہ بس جناب سارا بلاگ کا کس نے متعلق ہوا کوئی روڈ ساری کی بند سی جناب اسی وجہ سے اسپیشل بلاگ انہوں نے ہمارے جلے ہیں انہوں اپنے جی چار روڈ بلاک کوئی نہیں ٹھیک ہے باقی چلی رہے ہیں مال افزان جی اور تک انہوں اور سبحان اور بشر اور دو بندے اگا جا رہے ٹھیک ہے کس وجہ تو بند ہوئی اسے چلنی نا اتنے سے پہلے اسے آگاہ کرنے ہیں مکمل پوری اپڈیٹ دینے ہیں وہ جڑا اساں رستہ چوز کیتا کس وجہ تو اساں کڑی مجبوری سی رستہ بھی چوز کیتا یہ بھی تساں گلاں باتاں کرساں ہن رستہ کڑی سائڈ جا رہا یہ بھی تسیں آگاہ کرساں کہ اساں ایک رستہ چھوڑی تے دوسرا رستہ اختیار کیتا جناب چلنے ہن پھر اسیں سین چیک کرانے ہیں جی بس جناب سبحان مبشر مسے کچی روڈ کراس کیتی جناب ਹੋਰ ਹੈ ਪੱਕੀ 'ਚ ਆਏ ਠੀਆਂ ਇਹਦੇ ਬੇਸਿਕਲੀ ਅਸਾਂ ਕਾਲੋਨੀ ਨੇ ਏਰੀਏ ਵਿੱਚ ਆਏ ਨੇ ਹਾਂ ਠੀਕ ਹੈ ਕੋਈ ਸਾਡੇ ਏਰੀਏ ਵਿੱਚ ਮਜਬੂਰੀ ਸੀ ਇਹ ਜਨਾਬ ਕਿ ਜਨਾਬ ਸਾਡੀ ਰੋਡ ਜਿਹੜੀ ਆ ਨਾ ਪੱਕੀ ਹੋਈ ਦੀ ਠੀਕ ਹੈ ਉਸ ਏਰੀਏ 'ਚੋਂ ਲੰਘੀ ਨਾ ਸਕਦੇ ਦਾ ਇਹ ਦੂਆ ਰਸਤਾ ਅਸਾਂ ਤਿਆਰ ਕੀਤਾ ਬੋਕੜੇ ਵਾਲਾ ਜਨਾਬ ਬਾਕੀ ਚੱਲੇ ਹਾਂ ਬੋਕੜਾ ਉਪਲੂ ਜਿਹੜੀ ਦਾ ਮਨਾਜ਼ਰ ਚੈੱਕ ਕਰਾਉਣੇ ਹਾਂ ਜਨਾਬ ਜੀ ਅਗਰ ਜਨਾਬ ਇਸ ਰੋੜੇ ਪਈਏ ਹਾਂ ਜਨਾਬ ਇਸ ਜੁਲੀ ਮੁਸੇ ਮਨਾਜ਼ਰ ਚੈੱਕ ਕਰਾਉਣੇ ਹਾਂ ਕੈਸੀ ਰੋਡ ਹੀ ਔਰ ਕੈਸੇ ਨਜ਼ਾਰੇ ਨੇ ਇਸ ਜਗ੍ਹਾ ਨੇ ਠੀਕ ਹੈ ਤੂੰ ਬੋਕੜਾ ਜਿਹੜੀ ਚਾਹੀਦੀ ਰੋਡ ਕਾਲੋਨੀ ਤੂੰ ਠੀਕ ਹੈ ਦੂਆ ਰਸਤਾ ਆ ਜਿਹੜਾ ਸਾਡੇ ਏਰੀਏ ਵਿੱਚੋਂ ਬੇਸਿਕਲੀ ਅਸਾਂ ਮਜਬੂਰੀ ਮਾਰੇ ਜਿਹੜਾ ਹੈ ਨਾ ਇਹ ਰਸਤਾ ਅਸਾਂ ਅਖਤਿਆਰ ਕਰਨੇ ਪਏ ਹਾਂ ਹੋਰ ਕੋਈ ਮਕਸਦ ਨਹੀਂ ਸਾਡਾ ਠੀਕ ਹੈ ਔਰ ਇਹ ਘਰਾਂ ਦੇ ਵਿੱਚੋਂ ਜਾਣੀ ਅੱਜ ਪੱਕੀ ਹੈ ਮਾਸ਼ਾ ਅੱਲਾਹ ਇਤਨੀ ਸੋਹਣੀ ਰੋਡ ਹੀ ਨਾ ਯਕੀਨ ਮੰਨੋ ਸਵਾਦ ਅੱਛਾ ਚਾਹੀਏ ਬਟ ਹੁਣ ਬੋਕੜਾ ਅਲੱਗ ਸੀ ਤੋੜ ਜਾਈਦਾ ਠੀਕ ਹੈ ਅਸਾਂ ਤਾਂ ਇਸ ਵਜ੍ਹਾ ਤੋਂ ਇਹ ਰਸਤਾ ਅਖਤਿਆਰ ਕੀਤਾ ਅਸੀਂ ਮਜਬੂਰੀ ਹੈ ਅਸੀਂ ਪਹਿਲੇ ਸਾਲ ਆ ਕੇ ਜਨਾਬ ਸਾਡੀ ਰੋਡ ਪੱਕੀ ਹੋਈ ਨਹੀਂ ਠੀਕ ਹੈ ਇਸ ਵਜ੍ਹਾ ਤੋਂ ਅਸਾਂ ਜਾਣੇ ਸੀ ਜ਼ਰੂਰੀ ਕੰਮ ਸਾ ਇਸ ਵਜ੍ਹਾ ਤੋਂ ਇਹ ਰਸਤਾ ਅਖਤਿਆਰ ਕੀਤਾ ਬੜੀ ਬਿਹਤਰੀਨ ਜਗ੍ਹਾ ਹੀ ਹੈ ਔਰ ਨਜ਼ਾਰੇ ਵੀ ਇੱਥੋਂ ਕਾਫੀ ਜ਼ਿਆਦਾ ਨਜ਼ਾਰੇ ਮਿਲਣੇ ਮਾਰੇ ਜਨਾਬ ਮਿਲਣੇ ਅਸੀਂ ਨਜ਼ਾਰੇ ਵੀ ਚੈੱਕ ਕਰਾ ਸਕਾਂ ਜ਼ਰੂਰ ਜਨਾਬ ਇਹ ਬੁਕੜੇ ਨਾ ਏਰੀਆ ਹੈ ਸਾਰਾ ਜਨਾਬ ਚੈੱਕ ਕਰਨੇ ਉਸ ਤੋਂ ਕਿਤਨੇ ਮਜ਼ੇ ਨਜ਼ਾਰੇ ਆਏ ਰਹੇ ਜਨਾਬ ਇਸ ਏਰੀਏ ਵਿੱਚੋਂ ਚੈੱਕ ਕਰੋ ਐਸਾ ਸੀਨ ਹੈ ਸ਼ਾਮ ਦਾ ਟਾਈਮ ਆ ਨਜ਼ਾਰੇ ਚੈੱਕ ਕਰੋ ਬਾਕੀ ਇਹ ਢਲਾਈ ਇਹ ਰੋੜਾ ਨੇ ਕੁਝ ਨਜ਼ਾਰੇ ਨੇ ਜਾਹਰੀ ਕਿਸੇ ਮਾਸ਼ਾ ਅੱਲਾ ਬਾਕੀ ਅੱਗੋਂ ਟੋਟਾ ਪੱਕਾ ਹੋਈ ਜਾ ਨਾ ਕਾਲੋਨੀ ਵਾਲਾ ਫਿਰ ਅਸੀਂ ਯਕੀਨ ਮੰਨੋ ਇਤਨੀ ਈਜ਼ੀ ਰੋਡ ਹੀ ਨਾ ਕਿ ਬੰਦਾ ਸੋਚੀ ਸਕਣਾ ਇਹ ਜਾਸੀ ਹੈ ਬੋਕੜਾ ਏਰੀਏ ਵਿੱਚ ਠੀਕ ਹੈ ਉਹ ਕੁਝ ਮੇਨ ਰੋੜਾ ਹੀ ਅਸਾਂ ਪਹਿਨੇ ਹਾਂ ਫਿਰ ਚਲੀ ਅਸਾਂ ਹੱਲੇ ਕਿ ਮੇਨ ਰੋੜਾ ਹੀ ਕੈਸੀ ਪੈਣੀ ਰੋਡ ਠੀਕ ਹੈ ਹੁਣ ਤਾਂ ਘੁੰਮ ਘੁੰਮ ਕਿੰਨੀਆਂ ਬੜੀਆਂ ਬੜੀਆਂ ਹੋਈਆਂ ਨੇ ਇਸ ਬੋਕੜੇ ਏਰੀਏ ਵਿੱਚ ਕੈਸਾ ਨਜ਼ਾਰਾ ਹੈ ਅੱਜ ਨਾਲ ਇਹ ਕੁਛ ਜਨਾਬ ਇਹ ਅੱਗੇ ਹੁਣ ਮੇਨ ਰੋਡ ਆਈ ਦੀ ਠੀਕ ਹੈ ਮੇਨ ਰੋਡੇ ਚੱਲਣੇ ਹਾਂ ਫਿਰ ਤੁਸੀਂ ਸਾਲਨੇ ਹਾਂ ਠੀਕ ਹੈ ਕੈਸੇ ਨਜ਼ਾਰੇ ਇੱਥੋਂ ਜਿਹੜੇ ਜਾਹਰੀ ਉੱਪਰ ਬੋਕੜਾ ਅਸੀਂ ਕਰੀਬ ਪੈ ਨਹੀਂ ਕਾਫੀ ਜ਼ਿਆਦਾ ਅਸਾਂ ਸੁਰਤ ਹਾਲ ਜਨਾਬ ਇਹ ਹੈ ਕਿ ਇਹ ਮੇਨ ਰੋਡ 'ਚ ਆਏ ਠੀਆਂ ਜਨਾਬ ਇਹ ਜਨਾਬ ਮੇਨ ਰੋਡ 'ਚ ਆਏ ਠੀਆਂ ਇਹ ਤੱਕੋ ਇਹ ਜਿਹੜੀ ਤਦਾ ਪਾਣੀ ਹੈ ਇਹ ਸਾਈਡ ਤਦਾ ਪਾਣੀ ਹੋ ਰਿਹਾ ਸਾਈਡ ਜੀਰਾ ਅਸਾਂ ਇਸ ਸਾਈਡ ਜਾਣਾ ਬੱਲਾ ਬਜ਼ਾਰ ਆਈ ਠੀਕ ਹੈ ਜਨਾਬ ਸਾਰੀ ਰੋਡ ਕੈਸੇ ਬਲਾਕ ਸੀ ਜਨਾਬ ਰੋਡ ਅਸਾਂ ਨਹੀਂ ਮਾਲ ਪਿਆ ਠੀਕ ਹੈ ਰੋੜਿਆਂ ਵਿੱਚ ਕੱਲ੍ਹ ਬੰਦਿਆਂ ਪਾਇਆ ਨਿਆ ਮਾਲ ਮੈਂ ਕੋਈ ਕੰਮ ਗਿਆ ਸੀ ਜਨਾਬ ਇੱਥੇ ਆ ਹੀ ਨਾ ਸਕਿਆ ਠੀਕ ਹੈ ਬਾਕੀ ਤੁਸੀਂ ਸਾਲ ਆ ਜਾਏ ਅਗਰ ਤਾਂ ਇਸ ਵਜ੍ਹਾ ਤੋਂ ਰੋਡ ਬੰਦ ਸੀ ਕਿ ਮਾਲ ਪਿਆ ਕੱਲ੍ਹ ਕੱਲ੍ਹ ਪੂਰੀ ਤਿਹਾੜ ਆਵਾਮ ਲੱਗੀ ਰਹੀ ਔਰ ਮਾਲ ਪਾਇਆ ਮੈਂ ਕੰਕਰੀਟ ਕੀਤੀ ਜਨਾਬ ਹੈ ਰੋੜੇ ਠੀਕ ਹੈ ਜਿਹੜੀ ਕੱਸੇ ਨਹੀਂ ਸਾਡੀ ਚੜ੍ਹਾਈ ਸੀ ਨਾ ਪਿਛਲੇ ਰੀ ਮੈਂ ਤੁਸੀਂ ਸਾਲਿਆ ਸਾ ਕਿ ਖਰਾਬ ਸੀ ਔਰ ਇਹ ਡੰਗਾ ਰੋੜਿਆ ਸਾ ਇਹ ਵੀ ਇੰਨਾ ਭਰਿਆ ਠੀਕ ਹੈ ਇਹ ਬੱਟੇ ਲਾਏ ਔਰ ਨਾਲ ਹੀ ਉਸ ਸਾਈਡ ਕੀਤੀ ਨੇ ਬਾਕੀ ਜਿਹੜੀ ਸਾਰੀ ਸੁਰਤ ਆਲੀ ਨਾ ਉਹਨਾਂ ਅਸਾਂ ਇਸੀ 'ਚ ਆਏ ਹਾਂ ਸਾਡਾ ਜਿਹੜਾ ਕੰਮ ਆ ਨਾ ਸੁੱਕਣੀ ਇਸੀ ਥੋੜ੍ਹੀ ਥੋੜ੍ਹੀ ਤਰਾਈ ਦੇਣੇ ਆ ਫਿਰ ਅੱਗੇ ਸੀਨ ਚੈੱਕ ਕਰਾਉਂਦੇ ਹਾਂ ਤੁਸੀਂ ਔਰ ਬਾਕੀ ਜਨਾਬ ਉਹ ਅੱਗੇ ਵੀ ਖੱਡੇ ਜਿਹੜੇ ਥੇ ਨਾ ਉਹ ਵੀ ਪੂਰ ਹੋ ਸਨ ਅਜੇ ਆਸਤੇ ਆਸਤੇ ਠੀਕ ਹੈ ਬਾਕੀ ਇਹ ਆਵਾਮ ਨੇ ਬੜੀ ਮਿਹਨਤ ਦੀ ਜਨਾਬ ਇਸ ਵਜ੍ਹਾ ਤੂੰ ਕੱਲ੍ਹ ਰੋਡ ਬੰਦ ਕੀਤੀ ਸੀ ਨੇ ਔਰ ਹੁਣ ਤੱਕ ਨੇ ਆ ਸੀਨ ਕਿਆ ਕੁਝ ਬਣਨਾ ਔਰ ਕਿਆ ਕੁਝ ਹੋਣਾ ਜਨਾਬ ਤਿਆਰ ਲਈ ਆ ਪਾਣੀ ਹੁਣ ਬਣਿਆ ਸੀ ਅਤੇ ਫਿਰ ਜਿਹੜਾ ਚੱਲਣੇ ਆ ਅਸਾਂ ਘਰ ਠੀਕ ਹੈ ਕਿਉਂਕਿ ਨਵੀਂ ਕੱਲ੍ਹ ਨੇ ਪਾਇਆ ਉਹਨਾਂ ਨੇ ਅਤੇ ਤੁਸੀਂ ਪਤਾ ਗਰਮੀ ਜ਼ਿਆਦਾ ਹੀ ਆ ਬਹੁਤ ਜ਼ਿਆਦਾ ਅਤੇ ਤਿਆਰ ਲਈ ਆ ਕਿ ਸੁੱਕੀ ਜਾਣਾ ਪਾਣੀ ਘੜੀ ਘੜੀ ਅਤੇ ਅੱਛਾ ਪਾਣੀ ਲਾਉਣੇ ਆ
تو پھر چلنے ہیں اساں گھر، سب سے پہلے پرو شروع کر رہے ہیں، پھر ساری لائن تو پھر اساں چلنے ہیں گھر، اور صورت حال تو دیکھ رہے سو سارے نال ٹیم پھر جا رہی ہیں آئی رہی ہیں آہستہ آہستہ ساری، اور پانی لانے ہوں مزید اگر گلا باتوں پھر بات ہی کرنے ہیں. باقی ہوں آہستہ آہستہ کری سارے ہی لانے ترائی، ایک باری ترائی لائی نے پھر چلنے اصل گھر جنا تک روڈ نے کیسے مناظر آئی رہے بالکل اصاڑا ہونے پہلے تھا تک ایسے کھڈے سے کافی زیادہ، پچھلی ویڈیو میں کدھر بایا بھی سا لیکن حکومت تو کام نہیں کیتا جتنا جڑا عوام کری سوتیال یہ اپنی مدد آپ مٹی پوت ہے کم تو پوت ہے اصل مٹی نہیں بھائی اصل کنکریٹ کی جتنا بھی ایریا تھیا نا عوام کنکریٹ کی ٹھیک ہے اگلے جڑے کھڈے نے وہ بھی پورے سن اور نیچے بھی کھڈے نے جس طرح یہ بننے نہ کھڈے نظر کرانے ہیں یہ جڑے کھڈے نا جناب یہ بھی پورے سن اور اگے بھی کھڈے نے کافی زیادہ جتنے جڑے بھی کھڈے تھے نا اس روڈے وہ پورے سن اس طریقے کے نال باقی جناب یہ بارش نہیں وجہ تو جناب یہ جڑا ہے نا ساری روڈ پٹن ہونی بارش ہونی تو پانی کافی زیادہ ہونا یہ ساری کسی ٹلنی اور درے سڑے کسے جانی ٹھیک ہے اس وجہ تو روڈ پٹن ہونی زیادہ تر پانی کی رکاوٹ دیتی جائے نا اگر پھر روڈ نہ پٹن میں باقی ہوں سر تیالی ہے پانی شانی بنے ہاں تو پھر ہوں چلے ہیں کار جی بس ساری ٹیم مڑی واپس آئی جی سیم سو تک کرنے سو عوام تھکی نہیں کافی زیادہ پانی لایا سارے بندے ایک ایک کری سارے بندے پانی لایا پانی لائی مڑی واپس اور نیچے جڑے پیچھے کھڈے نا یہ بھی پورے سن جڑے پیچھے کھڈے اور سامنے کھڈے سارے جتنے بھی تھے نا سارا کچھ پورا سی حکومت پھر ناکام ہوئی ایک بار جناب جڑا کم حکومت نے کرنے آ دین وہ عوام کرنی پی وہ مٹی پو تو کم ٹپو لیکن اس بار اصل مٹی نہیں بھائی پھر کنکریٹ کی پچھلی دفعہ مٹی بھائی سی اس کی پچھلی باری مٹی بھائی سی اس باری پکا کام کری چھوڑا کنکریٹ والا باقی روڈ بھی کافی زیادہ پرانی ہوئی لگنے سو کس طریقے تریٹا آئی نہیں روڈ ہے بھی کیونکہ کافی زیادہ عرصہ آئی اصل نکے نکے ہونے سے جناب کم از کم آج تو 16 سال یا 15 سال ہوئی ہے اس روڈ کی بنتی ہے جناب پکی ٹھیک ہے اصل نکے نکے ہونے سے بنتی سی روڈ باقی ہم چل رہے ہیں کار باقی جناب سو دیکھنے سو یہ والا رستہ جائی رہا نا بیسیکلی کالونی ایریا اور پرلی سائڈ رو کالونی چو جائی رہا بھوکڑا نے اندر ٹھیک ہے کل اصل جڑا سفر کیا سر شام والے وہ اسے روڈ پر گئے سے ریڑی جانی پی اسے روڈ گئے ہاں اگے بھوکڑا بھوکڑے تو مڑی ٹلی نا پھر بلے بازار گئے ہاں اور یہ جڑا رستہ ہے ساڑا یہ کافی زیادہ شارٹ پینا سا لیکن کل اصل مال پایا سا اس وجہ جائی نہ سکنے سے مجبوری سی تو دوا رستہ اصل اختیار کیا جناب ان سے سینے نال چلیں پہ کار سو ریکویسٹ ہے چینل پر نہیں ہو چینل کی لازمی سبسکرائب کری نیا مل سکنے ویڈیو نال اپنا بہت سارا خیال رکھا اور دونوں لازمی یاد رکھا اللہ سننے والا ہے.